ਵੈਲਕਮ ਹੈ ਜੀ ਟੀਮ ਪੰਜਾਬੀ ਤੇ ਜਿੰਨੇ ਵੀ ਦਰਸ਼ਕ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਨਿੱਗੀ ਜੀਆਂ ਆਖਦੇ ਆ ਬਹੁਤ ਥੈਂਕ ਯੂ ਤੁਸੀਂ ਵਾਚ ਕਰਦੇ ਹੋ ਟੀਮ ਪੰਜਾਬੀ ਨੂੰ ਅੱਜ ਅਲਬਰਟਾ ਦੇ ਵਿੱਚ ਜੋ ਐਡਮਿੰਟਨ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਅਲਬਰਟਾ ਸ਼ੇਮਾ ਕਬੱਡੀ ਕੱਪ ਉਸ ਟੂਰਨਾਮੈਂਟ ਤੇ ਮੈਂ ਤੁਹਾਨੂੰ ਇਹੋ ਜਿਹਾ ਕਬੱਡੀ ਦੇ ਸੂਰਮੇ ਨਾਲ ਮਿਲੌਣ ਜਾ ਰਿਹਾ ਜਿਨ੍ਹਾਂ ਨੇ ਰਿਕਾਰਡ ਕੈਮ ਕੀਤੇ ਨੇ ਇਤਿਹਾਸ ਰਚਿਆ ਕਬੱਡੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕਬੱਡੀ ਖੇਡੀ ਔਰ ਆਪਣੇ ਪਿੰਡ ਦਾ ਨਾਂ ਆਪਣੇ ਦੇਸ਼ ਦਾ ਨਾਂ ਆਪਣਾ ਨਾਮ ਆਪਣੇ ਪਰਿਵਾਰ ਦਾ ਨਾਮ ਵੀਰਾ ਸੱਧਮਾ ਜੋ ਕਿ ਬਹੁਤ ਧੱਕੜ ਯਾਫੀ ਹੋਇਆ ਦੁਨੀਆ ਦੇ ਵੀਰਾਜੀ ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਦੇ ਥੈਂਕ ਯੂ ਲੱਕੀ ਭਾਈ ਤੁਹਾਡਾ ਟੀਮ ਪੰਜਾਬੀ ਦਾ ਤੇ ਅਲਵਾਟਾ سپورਟ ਕਲੱਬ ਦਾ ਧੰਨਵਾਦ ਬਹੁਤ-ਬਹੁਤ ਜਿਨ੍ਹਾਂ ਨੇ ਇੰਨੇ ਕਾਬਲ ਸਮਝਿਆ ਆਪਾਂ ਨੂੰ ਭਾਜੀ ਬਿਲਕੁਲ ਸਹੀ ਗੱਲ ਹੈ ਵੀਰੇ ਤੇਰਾ ਬਣਦਾ ਯੂ ਪਲੇਡ ਰੀਲੀ ਬਹੁਤ ਜਿਆਦਾ ਤਗੜਾ ਮੈਂ ਮਾਣ ਮਹਿਸੂਸ ਕਰਦਾ ਤੇਰੇ ਨਾਲ ਇੰਟਰਵਿਊ ਕਰਨਾ बिकॉज ਤੁਸੀਂ ਮੇਰੇ ਤੋਂ ਸੀਨੀਅਰ ਵੀ ਆ ਪਹਿਲਾਂ ਖੇਡਣੀ ਸ਼ੁਰੂ ਕੀਤੀ ਕਬੱਡੀ ਮੈਂ ਇੱਕ ਦੋ ਸਾਲ ਬਾਅਦ ਖੇਡਣੀ ਸ਼ੁਰੂ ਕੀਤੀ ਸੀ ਤੁਹਾਡਾ ਜਿਹੜਾ ਕਬੱਡੀ ਦਾ ਕੈਰੀਅਰ ਬੜਾ ਜ਼ਬਰਦਸਤ ਜਿਹੜੇ ਦੁਨੀਆ ਦੇ ਮਹਾਰਥੀ ਹੋਇਆ ਕਬੱਡੀ ਦੇ ਰੀਡਰ ਜੇ ਮੈਂ ਕਹਿ ਲਵਾਂ ਫਿੱਡੂ ਬਾਜੀ ਹਰਜੀਤ ਬਾਜਾਖਾਨਾ ਇਹੋ ਜਿਹੇ ਪਲੇਰਾਂ ਨਾਲ ਤੁਹਾਡੇ ਮੈਚ ਲੱਗਦੇ ਰਹੇ ਨੇ ਜਦ ਵੀਰੇ ਦੀ ਪਹਿਚਾਨ ਬਣੀ ਪਿੰਡ ਸਮੀਪੁਰ ਜਦੋਂ ਫਿੱਡੂ ਬਾਜੀ ਨੂੰ ਜੱਫਾ ਲਾਇਆ ਸੀ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ 2 ਮਿੰਟ ਸਾਂਝੇ ਕਰੋ ਕਿਵੇਂ ਵੀਰਾ ਕਬੱਡੀ ਦੇ ਨਾਲ ਜੁੜਿਆ ਤੇ ਕਿਵੇਂ ਉਦੋਂ ਫਿਰ ਜੱਫੇ ਦਾ ਸੁਆਬ ਬਣਿਆ ਕਿਹਨੇ ਤੁਹਾਨੂੰ ਕਬੱਡੀ ਜਿ ਲਿਆਂਦਾ ਐਕਚੁਅਲੀ ਪਾਜੀ ਨੇ ਉਸ ਟਾਈਮ ਬਸ ਸਟਾਰਟ ਹੀ ਕੀਤਾ ਸੀ ਹਾਲੇ ਚਾਚਾ ਮੇਰਾ ਉਸਤਾਦ ਨੇਕੀ ਚਦਮਾ ਜੀ ਤਾਂ ਉਦੋਂ ਮੈਂ ਸੀਗਾ ਤਾਂ ਰੱਬ ਕੋਲੋਂ ਹਾਂ ਤਾਂ ਬੰਦੇ ਨੂੰ ਬ੍ਰੇਕ ਮਿਲਣੀ ਹੁੰਦੀ ਆ ਉਸ ਦਿਨ ਮੈਨੂੰ ਮੈਚ ਤੇ ਕਿਹਾ ਨਹੀਂ ਸੀਗਾ ਇਹ ਰੀਅਲੀ ਗੱਲ ਹੈ ਨਾ ਹਾਂ ਉਹ ਬੰਦੇ ਜਾਦੇ ਸੀਗੇ ਤੇ ਮੈਂ ਉਦਾਂ ਹੀ ਗਿਆ ਮੈਚ ਦੇਖਣ ਰੱਬ ਕੋਲੋਂ ਵੀਡੀਓ ਮੋਟ ਤੇ ਇੱਕ ਪੰਜਾਬੀ ਨੂੰ ਬੁਖਾਰ ਬੁਖਾਰ ਹੋ ਗਿਆ ਨਾ ਉਹ ਮੈਨੂੰ ਚਾਂਸ ਮਿਲ ਗਿਆ ਭਾਜੀ ਇਹ ਤਾਂ ਬੰਦੇ ਨੂੰ ਬ੍ਰੇਕ ਮਿਲਣੀ ਹੁੰਦੀ ਉੱਪਰ ਜਾਣ ਲਈ ਹੈ ਨਾ ਕੋਈ ਟਾਈਮ ਹੁੰਦਾ ਆ ਤਾਂ ਉਹ ਅਸੀਂ ਬ੍ਰੇਕ ਮਿਲੀ ਭਾਜੀ ਰਬ ਦੀ ਕਿਰਪਾ ਕੀਤੀ ਕਿ ਉਹ ਫੁੱਟਬਾਲ ਨੂੰ ਪਾਣਾ ਉਸ ਟਾਈਮ ਬਹੁਤ ਵੱਡੀ ਗੱਲ ਸੀਗੀ। ਕੀ ਬਾਤ ਹੈ। ਇੱਕੋ ਸਟਾਫ ਸਾਰੇ ਮੈਚ ਦੇ ਵਿੱਚ ਫੁੱਟਬਾਲ ਮੇਰੀ ਸੀਗੀ ਇਦਾਂ। ਉਸ ਤੋਂ ਬਾਅਦ ਭਾਈ ਕਬੱਡੀ ਸਟਾਰਟ ਹੋ ਗਈ ਬਸ। ਫੇ ਬਾਬੇ ਦੀ ਕਿਰਪਾ ਨਾਲ ਕੈਨੇਡਾ, ਲੈਨਡ ਮਰਕਾ ਸਾਰੇ ਕਿਤੇ। ਉਹ ਕਾ ਮਿਲਿਆ ਆਪਾਂ ਇਕੱਠੇ ਵੀ ਖੇਡਿਆ। ਬਹੁਤ ਲੰਮਾ ਟਾਈਮ ਜਾ ਜਾ ਜਾ। ਵੀਰਾ ਜੇ ਕਹਿ ਸਕੀਏ ਚੀਨ ਦੀ ਕੰਧ ਜਦੋਂ ਰੇਡਰਾਂ ਦੇ ਮੋਰੇ ਹਿੱਕ ਤਾਣ ਕੇ ਖੜ ਜਾਂਦਾ ਸੀ ਬਹੁਤ ਵੱਡੇ ਵੱਡੇ ਰੇਡਰਾਂ ਦਾ ਟਾਈਮ ਕਰਾਇਆ। ਬੜੇ ਬੜੇ ਰੇਡਰਾਂ ਨੂੰ ਜੱਫੇ ਲਾਏ। ਹਰਜੀਤ ਦੇ ਨਾਲ ਤੁਹਾਡਾ ਕਿਹੋ ਜਿਹਾ ਕੈਰੀਅਰ ਆ? ਦਰਸ਼ਕਾਂ ਨਾਲ ਹਾਂਜੀ ਭਾਈ ਜੀ ਨਾ ਲੰਮਾ ਟਾਈਮ ਖੇਡੇ ਭਾਜੀ ਤਾਂ ਲਾਸਟ ਡੇ ਵੀ ਤੁਹਾਨੂੰ ਜਿਆਦਾ ਹੋ ਜਾਂਦੇ ਹੱਥ ਹੁੰਦੀ ਆ ਆਪਾਂ 13 ਦੇ ਨੂੰ ਇਕੱਠੇ ਜਲਵੰਡੀ ਸਾਬੋ 16 ਹੁੰਦੇ ਤਾਂ ਉਹਦੀ ਹੁੰਦੀ ਆ ਟਾਡੇ ਫੋਨ ਆਇਆ ਸੀ ਉਦੋਂ ਚਾਚੇ ਨੇਕੀ ਦੇ ਘਰੇ ਕਿ ਡੈਥ ਹੋ ਗਈ ਆ ਤਾਂ ਸਾਨੂੰ ਪਤਾ ਲੱਗਾ ਸੀਗਾ ਯਾਰ ਬਸਿਆ ਬੰਦਾ ਸੀ ਭਾਜੀ ਔਰ ਸਾਡੇ ਦੋਵੇਂ ਫਰੈਂਡਸ਼ਿਪ ਬਹੁਤ ਸਗੀ ਵਿਆਸ਼ਤ ਜੇ ਇਕੱਠੇ ਹੋਣ ਸੀਗੇ ਪਾਕਿਸਤਾਨ ਇਕੱਠੇ ਗਏ ਜਾਂ ਗੋਟੋ ਫਰੈਂਡ ਸੀਗੇ ਚਲੋ ਪਲੇਅਰ ਤਾਂ ਭਾਜੀ ਉਹ ਸੀਗਾ ਹੀ ਬਹੁਤ ਵਧੀਆ ਠੀਕ ਹੈ ਪਰ ਉਹਨੇ ਨਵੇਂ ਮੁੰਡਿਆਂ ਨੂੰ ਬਹੁਤ ਜਾਣ ਸਕਦਾ ਭਾਜੀ ਨਾਲ ਲੈ ਕੇ ਤੁਰਿਆ ਹਰਿਆਉਂ ਜਿੱਦਾ ਨਵੇਂ ਮੁੰਡਿਆਂ ਨੂੰ ਪਤਾ ਕਿੰਨੇ ਮੁੰਡੇ ਨਾਲ ਲੈ ਕੇ ਤੁਰਿਆ ਹੋਣਾ ਬਿਲਕੁਲ ਸਹੀ ਗੱਲ ਹੈ ਪਲਵਾਂਜੀ ਜੇ ਕੈਰੀਅਰ ਦੀ ਗੱਲ ਕਰੀਏ ਤੁਹਾਡੀ ਤੁਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਮੈਚ ਦੇ ਵਿੱਚ ਫੜਿਆ ਤੁਹਾਡੇ ਅਗੇਂਸਟ ਬੜੇ ਮੱਚ ਮੈਚ ਲੱਗਦੇ ਰਹੇ ਤੁਸੀਂ ਬਹੁਤ ਖੇਡੇ ਉਹਨਾਂ ਦੇ ਅਗੇਂਸਟ ਹਾਂਜੀ ਭਾਈ ਬਹੁਤ ਗੇਸ ਕਿੱਟਿਆ ਤਾਂ ਬਟ ਜੇ ਦਾਵੇਂ ਕਹਦਾ ਕੋਈ ਬਹੁਤ ਫੜਿਆ ਵਾ ਇੰਨਾ ਨਹੀਂ ਫੜਿਆ ਭਾਈ ਉਹਨੂੰ ਇੱਕ ਵਾਰੀ ਲੰਗ ਫੜਿਆ ਸੀ ਬਟਾਲੇ ਇੱਕ ਵਾਰੀ ਫੜਿਆ ਮੈਨੂੰ ਹਕੀਮਪੁਰ ਦੋ ਵਾਰੀ ਫੜਿਆ ਸੀਗਾ ਜੇ ਉਹਨੂੰ ਭਾਈ ਸਭ ਤੋਂ ਜ਼ਿਆਦਾ ਫੜਿਆ ਹੈ ਨਾ ਉਹ ਫੜਿਆ ਵਾ ਤਨੌਲੇ ਵਾਲੇ ਜਤਾਰ ਨੇ ਮੇਰੇ ਨਾਲ ਹੀ ਖੇਡਿਆ ਜਾਂ ਨਾਣੂ ਭਾਈਪੁਰੀਆ ਨੇ ਫੜਿਆ ਸਭ ਤੋਂ ਬਹੁਤ ਜਿੰਦਗੀ ਚ ਫੜਿਆ ਹੋਰ ਕਿਸੇ ਨੇ ਨਹੀਂ ਫੜਿਆ ਉਹਨੂੰ ਬਗਿਆ ਫੇਰ ਸੀ ਭਾਈ ਉਹ ਤੇ ਬਸ ਮੈਂ ਕਹਿ ਸਕਦਾ ਕਿ ਵੀਰੇ ਸਤਮਾ ਦਾ ਵੀ ਦੋ ਜੱਫੇ ਹਰਜੀਤ ਬਾਜੇਖਾਨੇ ਨੂੰ ਹੈਗੇ ਆ ਪਰ ਹਰਜੀਤ ਨੂੰ ਫੜਨਾ ਕੋਈ ਖਾਲਾਈ ਦਾ ਬਾੜਾ ਨਹੀਂ ਸੀ ਉਸ ਟਾਈਮ ਕਿਉਂ ਵੀਰਾ ਜੀ ਬਿਲਕੁਲ ਭਾਈ ਉਸ ਟਾਈਮ ਪੂਰਾ ਨਾ ਸੀ ਭਾਈ ਇਹ ਦਾਜ ਮੁੰਡਾ ਸੁਲਤਾਨ ਆ ਨਦਰ ਸੁਨਦੀਪ ਆ ਠੀਕ ਆ ਤਾਂ ਇਸ ਟਾਈਮ ਉਹਦਾ ਟਾਈਮ ਸੀ ਭਾਈ ਭਾਈ ਹਰੇ ਜੀ ਦਾ ਟਾਈਮ ਹੁੰਦਾ ਆ ਆਲ ਦਾ ਟਾਈਮ ਸੇਮ ਟਾਈਮ ਰਹਿੰਦਾ ਹਨਾ ਪਰ ਜਿਹੜਾ ਟਾਈਮ ਹਰਜੀਤ ਦਾ ਸੀ ਉਦੋਂ ਬਹੁਤ ਵਧੀਆ ਸੀਗਾ ਪਰ ਹੁਣ ਨਵੇਂ ਮੁੰਡੇ ਖੇਡਦੇ ਆ ਭਾਈ ਇਹ ਵੀ ਦੇਖ ਰੂਹ ਖੁਸ਼ ਹੁੰਦੀ ਆ ਬਹੁਤ ਸੋਹਣੇ ਮੁੰਡੇ ਆ ਬਾਡੀ ਬਣੀਆਂ ਬਹੁਤ ਸੋਹਣਾ ਸੀਟ ਬਣਾਇਆ ਵਧੀਆ ਖੇਡਦੇ ਆ ਵੀਰੇ ਜਦੋਂ ਤੁਸੀਂ ਕਬੱਡੀ ਕਹਿਣੀ ਸ਼ੁਰੂ ਕੀਤੀ بڑے ਸ਼ੋਅ ਮੈਚ ਹੁੰਦੇ ਹੁੰਦੇ ਸੀ ਬੜੇ ਜ਼ਬਰਦਸਤ ਜਿੰਨੇ ਵੀ ਤੁਹਾਡੇ ਨਾਲ ਪੁਰਾਣੇ 플레이ਰ ਜਿਵੇਂ ਕਿ ਮੰਗੀ ਸੁਰਖਪੁਰ ਤੋਂ ਸੀ ਹੋਰ ਵੀ ਪੁਰਾਣੇ 플레이ਰਾਂ ਦਾ ਪਲੀਜ਼ ਨਵੇਂ ਮੁੰਡਿਆਂ ਨੂੰ ਨਵੇਂ ਦਸ਼ਕਾਂ ਨੂੰ ਸਾਡਿਆਂ ਨੂੰ ਜਰੂਰ ਦੱਸੋ ਜਿਨ੍ਹਾਂ ਜਨਾਂ ਨਾਲ ਤੁਸੀਂ ਕਬੱਡੀ ਖੇਡੀਏ ਦੋ ਮੈਂ ਭਾਈ ਆਪਣੇ ਸੁਰਖਪੁਰ ਲੰਮਾ ਟਾਈਮ ਖੇਡਿਆ ਆਪਣੇ ਪਿੰਡਾਂ ਐ ਮੈਂ ਅੱਜ ਸੁਰਖਪੁਰ ਹੀ ਖੇਡਿਆ ਤੁਹਾਨੂੰ ਪਤਾ ਹੀ ਆ ਤੇ ਮੈਂ ਮੰਗੀ ਗਾਂਧੀ ਸਖਪੁਰੀ ਆਮਿੰਦਰ ਪਾਣਾ ਤਾਂ ਠੀਕ ਆ ਇਧਰੋਂ ਫੇ ਬਲਕਾਰ ਟੁੰਡੀ ਚੋੜੀਆਂ ਵਾਲਾ ਧੀਰਾ ਭਾਈ ਟੁੰਡੀ ਵਾਲਾ ਤੇ ਚੰਨੇ ਹੋਣੀ ਪਿੰਡਰਾ ਵਾਲਾ ਬਿੱਲਾ ਰਾਜਾ ਗਾਜੀ ਵਾਲੇ ਵਾਲਾ ਕਾਲਾ ਗਾਗੋ ਬਾਜ ਵੈਲੀ ਬਾਕੀ ਆਪਣੇ ਇਧਰੋਂ ਕਲ ਸਿੰਘ ਵਾਲੇ ਜੀਤਾ ਭਾਈ ਮੋੜ ਜੀਤਾ ਭਾਈ ਹੈ ਨਾ ਜੀਤਾ ਜੱਸਾ ਗੱਲ ਮੈਂ ਕੁਸ ਬੰਦੇ ਹੁੰਦੇ ਨੇ ਆਪਾਂ ਟੋਕ ਦੇਖਿਆ ਹੁੰਦੇ ਕੋ ਬਹੁਤ ਜਾਣ ਆ ਮੈਂ ਜ਼ਿੰਦਗੀ 'ਚ ਦੇਖਿਆ ਲੋਕ ਦੋਕ ਬੰਦੇ ਜਿਹਨਾਂ ਮੈਂ ਟ੍ਰੇਨਿੰਗ ਕੀਤੀ ਆ ਭਜੀ ਖੀਰਾ ਵਾਲੀ ਆ ਤੇ ਜੀਤਾ ਮੋੜ ਜਿਹਨਾਂ ਬਾਕੀ ਪਹਾਏ ਜਾਣ ਸੀਗੇ ਜਿਆਦਾ ਵਕਤ ਕਿ ਜਿਆਦਾ ਬੜਾ ਲੰਮਾ ਸਮਾਂ ਤੁਸੀਂ ਇੰਗਲੈਂਡ ਦੇ ਵਿੱਚ ਆਪਾਂ ਇਕੱਠੇ ਵੀ ਬਹੁਤ ਇੱਕ ਦੂਜੇ ਦੇ ਅਗੇਂਸਟ ਖੇਡੇ ਆ 10-12 ਸਾਲ ਬੜਾ ਲੰਮਾ ਸਮਾਂ ਤੁਸੀਂ ਭਜੀ ਖੀਰਾ ਵਾਲੀ ਦੇ ਵੱਲੋਂ ਖੇਡੇ ਹੋ ਇੰਗਲੈਂਡ ਦੀ ਕਬੱਡੀ ਇੰਗਲੈਂਡ ਦੇ ਵਿੱਚ ਬੜੀ ਲੰਮੇ ਸਮੇਂ ਤੋਂ ਤੁਸੀਂ ਕਬੱਡੀ ਖੇਡਿਆ ਟ੍ਰਾਂਟੋ ਅੱਜ ਕੱਲ ਰਹਿਨੇ ਹੋ ਕੈਨੇਡਾ ਦੇ ਵਿੱਚ ਵੀ ਬੜੀ ਖੇਡੀ ਆ ਤੁਹਾਨੂੰ ਕਿੱਥੇ ਲੱਗਦਾ ਤਕੜੀ ਕਬੱਡੀ ਤੁਹਾਡੇ ਸਾਹਮਣੇ ਹੈਗੀ ਆ ਜੇ ਸਾਡੇ ਸਮੇਂ ਤਾਂ ਭਾਈ ਜਦੋਂ ਇੰਗਲੈਂਡ ਸੀ ਨਾ ਆਪਾਂ ਇੰਗਲੈਂਡ ਬਹੁਤ ਤਕੜੀ ਕਬੱਡੀ ਸੀ ਠੀਕ ਹੈ ਉਸ ਤੋਂ ਬਾਅਦ ਟ੍ਰਾਂਟੋ ਕੱਪ ਆ ਗਿਆ ਇਹ ਵਧੀਆ ਸੀਗਾ ਪਰ ਜੇ ਅੱਜ ਦੀ ਗੱਲ ਕਰੀ ਨਹੀਂ ਟ੍ਰਾਂਟੋ ਤਾਂ ਕਹਿੰਦਾ ਆ ਜਿੰਨੀ ਦੇਖੀ ਕਬੱਡੀ ਟ੍ਰਾਂਟੋ ਦੀ ਤਾਕਤੀ ਹੈ ਕਬੱਡੀ ਬਾਜੀ ਮਾਣਣਾ ਪਊਗਾ ਬਾਜੀ ਟ੍ਰਾਂਟੋ ਦੀ ਕਬੱਡੀ ਬਹੁਤ ਜ਼ਬਰਦਸਤ ਹੈ ਟਾਈਮ ਨਾਲ ਟੀਮ ਆਉਣੀ ਆ ਟਾਈਮ ਨਾਲ ਮੈਚ ਹੋਣਿਆ ਇਹ ਨਹੀਂ ਕਿ ਵੀ ਰੋਲਾ ਪੈ ਗਿਆ ਕੁਝ ਹੋ ਸਕਿਆ ਉਹ ਚੀਜ਼ ਨੂੰ ਬਹੁਤ ਮੇਨ ਚੀਜ਼ ਹੈ ਨਾ ਜਿਹੜੇ ਬਾਈ ਲਾਈਵ ਦੇਖ ਲੈ ਬਾਈ ਦੇਖਦੇ ਆ ਬਾਜੀ ਉਹਨਾਂ ਨੂੰ ਉਹ ਚੀਜ਼ ਬਹੁਤ ਜ਼ਰੂਰੀ ਆ ਗਰਾਊਂਡ ਖਾਲੀ ਹੋ ਜਾਂਦੀ ਆ ਬੰਦਾ ਟੀਵੀ ਤੋਂ ਉੱਠ ਕੇ ਉਰੇ ਪਰੇ ਹੋ ਜਾਂਦਾ ਕੁਝ ਹੋ ਜਾਂਦਾ ਨਾ ਜੇ ਕੰਟੀਨਿਊ ਮੈਚ ਚੱਲੀ ਜਾਂਦੇ ਆ ਵੀ ਵਧੀਆ ਬਾਜੀ ਟ੍ਰਾਂਟੋ অন্ਟਾਰੀਓ ਫੈਡਰੇਸ਼ਨ ਇਸ ਗੱਲ ਦੀ ਵਧਾਈ ਦੀ ਹੱਕਦਾਰ ਆ ਬੜੇ ਰੂਲ ਰੈਗੂਲੇਸ਼ਨ ਵਧੀਆ ਹੈ ਉਹਨਾਂ ਦੇ ਟੀਮ ਕਦੇ ਕਦੇ ਵੀਰਾ ਸੱਤਵਾਂ ਦਾ ਵੀ ਇਹ ਕਹਿਣਾ ਹੈ ਕਿ ਕਦੇ ਉਹਨਾਂ ਨੇ ਗਰਾਊਂਡ ਨਹੀਂ ਖਾਲੀ ਹੋਣ ਦਿੱਤੀ ਬਹੁਤ ਵਧੀਆ ਟੰਗਨਾ ਮੈਚ ਕਰਵਾਏ ਜਾਂਦੇ ਨੇ ਬੜੇ ਰੂਲ ਰੈਗੂਲੇਸ਼ਨ ਦੇ ਪੱਕੇ ਨੇ ਵੀਰੇ ਜੇ ਗੱਲ ਕਰੀਏ ਤੁਹਾਡੀ ਕਿਹੋ ਜਿਹਾ ਰਿਆ ਜਦੋਂ ਵਰਲਡ ਕੱਪ ਤੇ ਤੁਸੀਂ ਖੇਡਦੇ ਰਹੇ ਕਿੱਥੇ ਕਿੱਥੇ ਬੈਸਟ ਬਣੇ ਹੋ ਜਿਹੜਾ ਵਿੱਚ ਤੁਹਾਨੂੰ ਯਾਦ ਹੋਵੇ ਬੈਸਟ ਵਾਈ 2001 ਵਰਲਡ ਕੱਪ ਹੋਈ ਸੀਗਾ ਠੀਕ ਹੈ ਜੀ ਕੀ ਬਾਤ ਹੈ ਬਾਕੀ ਭਾਜੀ ਇੰਡੀਆ ਦੇ ਵਿੱਚ ਸਖਪੁਰੋਂ ਸਕੂਟਰ ਜਿੱਤੇ ਅਸੀਂ ਇੱਕ ਵਾਰੀ ਨਵੇਂ ਅ ਬਾਕੀ ਨਭੇ ਹੋਰ ਅਮਰਗੜ ਕੋ ਇੰਡੀਆ ਵਿੱਚ ਤਾਂ ਭਾਈ ਬਹੁਤ ਆ ਨਿਊਯਾਰਕ ਭਾਈ ਮੈਂ ਖਿਆਲ ਮੈਂ ਨਿਕਲਿਆ ਆਉਂਗਾ 8 ਕਿ 9 ਰੀ ਬਸ ਜੀ ਬਰੇ ਉਦੋਂ ਬਹੁਤ ਜ਼ਬਰਦਸਤ ਜਿਹੜੀ ਫੜਾਈ ਬਹੁਤ ਵਧੀਆ ਹੁੰਦੀ ਸੀਗੀ ਜਾਂ ਦੋ ਤੋਂ ਜਾਂ ਫਿਰ ਮੋਰੇ ਬੰਦੇ ਦੇ ਹਟ ਜਾਣਾ ਪਹਿਰਾਂ ਦਾ ਬੜਾ ਪੱਕਾ ਸੀਗਾ ਕਿ ਮਿਹਨਤੀ ਇਦਾਂ ਸੀਗੀ ਜਾਂ ਕੋਈ ਨਾ ਕੋਈ ਦਾ ਇਹੋ ਜਿਹਾ ਚਾਚੇ ਤੋਂ ਨੇਕੀ ਤੋਂ ਬੜੀ ਚਰਤ ਤੁਸੀਂ ਸਿੱਖਦੇ ਰਹੇ ਹੋ ਜਾਂ ਇਹੋ ਜਿਹਾ ਦਾ ਹੀ ਹੁੰਦਾ ਸੀ ਮੂਰੇ ਬਹੁਤ ਵਧੀਆ ਤੁਸੀਂ ਬੰਦੇ ਨੂੰ ਘੇਰਦੇ ਬਹੁਤ ਸੋਹਣਾ ਸੀ ਅੱਛਾ ਜੀ ਭਾਈ ਜਿਹੜਾ ਬੰਦਾ ਇੰਗਲੈਂਡ ਚ ਖੇਡਿਆ ਉਹ ਬੰਦਾ ਪੈਰਾਂ ਦਾ ਪੱਕਾ ਹੁੰਦਾ ਭਾਈ ਕਿਉਂਕਿ ਇੰਗਲੈਂਡ ਮੋਸਟਲੀ ਮੈਚ ਮੈਚ ਹੁੰਦੇ ਆ ਜਦੋਂ ਪਹਿਲਸਾ ਇੰਗਲੈਂਡ ਆਇਆ ਇੱਕ ਬਾਬੇ ਦੀ ਕਿਰਪਾ ਥੋੜਾ ਮੈਂ ਹੈਵੀ ਸੀਗਾ ਠੀਕ ਹੈ ਤਾਂ ਉਸ ਦਾ ਕਈ ਪੈਰਾਂ ਪੱਕਾ ਸੀਗਾ ਉਹਨੂੰ ਕਈ ਵਾਰੀ ਮੁੰਡਾ ਸੋਨੂੰ ਜੰਪ ਪਿਆ ਉਹਨੇ ਬਹੁਤ ਕਿਹਾ ਕਹਿੰਦਾ ਇੰਨਾ ਭਾਰਾ ਬੰਦਾ ਪੈਦਾ ਪੱਕਾ ਬਹੁਤ ਘੱਟ ਦੇਖਿਆ ਭਾਜੀ ਕਹਿੰਦਾ ਇਹ ਆ ਜਾ ਵਧੀਆ ਸੀ ਬਾਬਾ ਜੀ ਕਿਰਪਾ ਸੀ ਭਾਜੀ ਆ ਜਾ ਕੋਈ ਸ਼ੱਕ ਨਹੀਂ ਜੀ ਅਸੀਂ ਆਈ ਵਿਟਨਸ ਸਿਆਂ ਬੜੇ ਲੰਮੇ ਸਮੇਂ ਤੋਂ ਆਪਾਂ ਵੀ ਕਬੱਡੀ ਖੇਡੀ ਔਰ ਤੁਸੀਂ ਬਹੁਤ ਵਧੀਆ ਰਿਜ਼ਲਟ ਦਿੰਦੇ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸੰਦੀਪ ਲੱਲੀਆਂ ਦੇ ਨਾਲ ਵੀ ਬੜੇ ਮੈਚ ਲੱਗੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਹੋ ਜਿਹੇ ਪਲੇਅਰ ਸੀਗੇ ਬਹੁਤ ਵਧੀਆ ਪਲੇਅਰ ਭਾਜੀ ਇਕੱਠੇ ਆ ਟ੍ਰੇਨਿੰਗ ਬਹੁਤ ਲੰਮਾ ਟਾਈਮ ਕੀਤੀ ਆ ਤਾਂ ਮੈਚਾਂ ਤੋਂ ਪਹਿਲਾਂ ਵੀ ਟ੍ਰੇਨਿੰਗ ਇਕੱਠੇ ਕਰਦੇ ਰਹੇ ਦੋ ਦੋ ਮਹੀਨੇ ਜੰਮ ਵੀ ਇਕੱ ਤਾਂ ਉਹ ਕਰਦੇ ਸੇ ਬੀਲ ਟ੍ਰੇਨਿੰਗ ਉਹ ਦਾ ਗਰਾਊਂਡ ਹੀ ਰਿੰਗ ਬਹੁਤ ਕਿਤੇ ਕੋਲ ਦੇ ਕੋਲ ਦੇ ਘਟ ਰਿਹਾ ਜਦਾ ਵਧੀਆ ਵੇਰ ਸੀ ਭਾਈ ਨੋ ਡਾਊਟ ਵਧੀਆ ਵੇਰ ਸੀਗਾ ਬਰੇ ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਕੇ ਲੱਗਾ ਕਿਸੇ ਦਿਨ ਲੰਮੀ ਇੰਟਰਵਿਊ ਕਰਾਂਗੇ ਜਦੋਂ ਮੇਰੇ ਕੋਲ ਟਾਈਮ ਹੋਇਆ ਟੋਰਾਂਟੋ ਮੈਂ ਆਇਆ ਅੱਜ ਤੁਹਾਨੂੰ ਜਵਰਦਸੀ ਫੜਿਆ ਔਰ ਕੀ ਕਹਿਣਾ ਚਾਹੁੰਦੇ ਹੋ ਅਲਬਰਟਾ ਜੋ ਜਿਨ੍ਹਾਂ ਨੇ ਤੁਹਾਨੂੰ ਅੱਜ ਇੱਥੇ ਸੱਦਿਆ ਮਾਣ ਤਨ ਬਖਸ਼ਿਆ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਤਾਂ ਭਾਈ ਹੈ ਨਾ ਕਿ ਜਿੱਦਾਂ ਥੋੜਾ ਮਨ ਉਹਦਾ ਖਰਾਬ ਸੀਗਾ ਕਿ ਇੱਥੇ ਇੱਕੋ ਹੀ ਮੇਲਾ ਹੋਣਾ ਹੁੰਦਾ ਜ ਜੋ ਮੀ ਬਾਏ ਖਰਾਬ ਹੋ ਜਾਂਦਾ ਨਾ ਉਹ ਓੱਖਾ ਸੀਗਾ ਹੁਣ ਜੇ ਵੈਨਕੂਵਰ ਆ ਜਾਂ ਟ੍ਰਾਂਟੋਪ ਆ ਭਾਈ ਉੱਥੇ ਟੂਰਨਾਮੈਂਟ ਜ਼ਿਆਦਾ ਹੁੰਦੇ ਆ ਇੱਕ ਹੋ ਵੀ ਗਿਆ ਕੋਈ ਗੱਲ ਨੂੰ ਦੂਜਾ ਆ ਜਾਊਗਾ ਨਾ ਤਾਂ ਇਹੋ ਜਿਹਾ ਕੇ ਬਈ ਬਾਬੇ ਨੇ ਲਾਇਆ ਵਧੀਆ ਬਹੁਤ ਸੋਨੇ ਮੈਚ ਹੋਇਆ ਗੇ ਅੱਗੇ ਨਾ ਭਾਈ ਟੀਮ ਪੰਜਾਬੀ ਦਾ ਤੇ ਹਲਵਾਟਾ ਸਪੋਰਟ ਦਾ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਹੈ ਨਾ ਵੀਰੇ ਅੱਜ ਕੱਲ ਦੇ ਜਿਹੜੇ ਪਲੇਅਰ ਆ ਇਹਨਾਂ ਚ ਜਦੋਂ ਤੁਸੀਂ ਖੇਡਦੇ ਸੀ ਅਸੀਂ ਖੇਡਦੇ ਸੀ ਤੁਹਾਨੂੰ ਕੋਈ ਫਰਕ ਲੱਗਦਾ ਕੋਈ ਸਰੀਰ ਪੱਖੋਂ ਜਾਂ ਸਪੀਡ ਪੱਖੋਂ ਜਾਂ ਕੋਈ ਰੂਲ ਰੈਗੂਲੇਸ਼ਨ ਜਾਂ ਡਿਸਪਲਿਨ ਪੱਖੋਂ ਕੁਝ ਤੁਹ ਅਹ ਬਾਕੀ ਤਾਂ ਭਾਈ ਰੂਲ ਰੈਗੂਲੇਸ਼ਨ ਤਾਂ ਸਾਕੋ ਠੀਕ ਆ ਨਾ ਜੇ ਆਪਾਂ ਕਹਾਂਗੇ ਸਰੀਰ ਦੀ ਭਾਜੀ ਉਹ ਹੁਣ ਚੇਂਜ ਆਈ ਆ ਪਹਿਲਾਂ ਥੋੜੇ ਇਹਦਾ ਆਪਾਂ ዳਲ ਰੋਟੀ ਕੇਕੂ ਖਾਂਦੇ ਸੀਗੇ ਉਤੋਂ ਡਾਈਟ ਲੈ ਕੇ ਤਾਂ ਉਹ ਚੋਂ ਜਾਣ ਪਾਉਂਦੇ ਸੀ ਠੀਕ ਆ ਹੁਣ ਥੋੜਾ ਸਪਲੀਮੈਂਟ ਆ ਗਿਆ ਹੁਣ ਮੁੰਡਿਆਂ ਦੀ ਬਾਡੀ ਦੇਖ ਲਓ ਭਾਈ ਪੂਰੇ ਕੱਟ ਪਾ ਢਾਡੇ ਹੁੰਦੇ ਪਹਿਲਾਂ ਠੀਕ ਆ ਇਹ ਜੀ ਜਿਵੇਂ ਮੈਂ ਦੇਖੀ ਆ ਕਿ ਮੁੰਡੇ ਫਿਜ਼ੀਕਲੀ ਬਹੁਤ ਫਿਟ ਆ ਬਾਈ ਸਾਰੇ ਫਿਟ ਹੈ ਨਹੀਂ ਭਰਾ ਵੀ ਠੀਕ ਹੈ ਪਰ ਹੁਣ ਕਿ ਸਪਲੀਮੈਂਟ ਇਹੋ ਜਿਹਾ ਹੈਗਾ ਜਾਂ ਬਟਮਾਨ ਹੋ ਗਿਆ ਪ੍ਰੋਟੀਨ ਸ਼ੇਕ ਵਗੈਰਾ ਹੋ ਗਿਆ ਹੈ ਨਾ ਉਹ ਆ ਕੇ ਮੁੰਡੇ ਦੀ ਬਾਡੀ ਬਾਈ ਬਹੁਤ ਸੋਹਣੀ ਆ ਵੀਰ ਇੱਕ ਦਰਸ਼ਕਾਂ ਨਾਲ ਹੋਰ ਸਾਂਝੀ ਕਰੋ ਗੱਲ ਤੁਸੀਂ ਰੇਟ ਬਹੁਤ ਵਧੀਆ ਪਾ ਲੈਂਦੇ ਸੀ ਜਦੋਂ ਪਾਕਿਸਤਾਨ ਨਾਲ ਆਪਾਂ ਮੈਚ ਖੇਡੇ ਆ 1998 ਦੇ ਵਿੱਚ ਹਰਜੀਤ ਜੀ ਦਾ ਸੀਗਾ ਉਦੋਂ ਤੁਹਾਨੂੰ ਫਿਰ ਜਦੋਂ ਉਹਨਾਂ ਨੇ ਸਾਰੇ ਫੜੇ ਆ ਉਦੋਂ ਤੁਹਾਨੂੰ ਰੇਟ ਪਾਉਣ ਰੇਟਾਂ ਪਾਉਣੀਆਂ ਪਈਆਂ ਕਾਫੀ ਮੈਚਾਂ ਦੇ ਰੇਟ ਵੀ ਪਾ ਲੈਂਦੇ ਸੀ ਇਹ ਡਬਲ ਤੁਸੀਂ ਮਤਲਬ ਕਿ ਛੋਪੇਰ ਉਸ ਤੋਂ ਮੀਂਹ ਸੀਗੇ ਉਦੋਂ ਜਦੋਂ ਪਤਾ ਲੱਗਾ ਰੇਡ ਵੀ ਪਾ ਲੈਣਾ ਬਾਅਦ ਚ ਵੀ ਕਈ ਮੱਚਾਂ ਦੇ ਪਾਈਆਂ ਇਹ ਕਿਵੇਂ ਉਹ ਬਾਜੀ ਬਸ ਰੱਬ ਬੋਲੇ ਸੀਗਾ ਇੱਕ ਕਰੀ ਮੈਨੂੰ ਜਿਆਦਾ ਸਾਡੇ ਪਿੰਡ ਟੂਰਨਾਮੈਂਟ ਸੀਗਾ ਅਸੀਂ ਪਾਕਤਾਂ ਜਾਣੇ ਦੋ ਦੋ ਸਵੇਰ ਨੂੰ ਲੱਡੂ ਸਾਡੇ ਬੰਦਾ ਮੁੰਡਾ ਭਾਜੀ ਦੇਦੋਗੀ ਬਹੁਤ ਵਧੀਆ ਪਿਆ ਸੀ ਬਾਜੀ ਤਾਂ ਉਹ ਸੱਟ ਲੱਗੀ ਸੀਗੀ ਤੇ ਮੈਂ ਸਟਾਪ ਕਰਦਾ ਸੀ ਤੇ ਬਾਜੀ ਬਾਹਰ ਤੋਂ ਕੰਮ ਲੈ ਕਬੜੀਆਂ ਪਾਉਣ ਦਾ ਪਾਈਆਂ ਨਹੀਂ ਸੀਗਾ ਦੀ ਤਾਂ ਬਾਬਾ ਇਹ ਨਹੀਂ ਕਰ ਪਾ ਕੀ ਤੁਸੀਂ ਬਾਜੀ ਕਹਿੰਦੇ ਉਹ ਲਾਈਵ ਜਿੰਨੇ ਕਿ ਮੇਲੇ ਖੜਿਆ ਮੈਂ ਪਿੰਡਾਂ ਦੇ 30 40 ਮਾਈ ਖੜਿਆ ਹੋਣਾ ਉਹ ਗਣਤੀ ਇਹ ਤਿੰਨ ਚਾਰ ਜੱਫਾ ਹੀ ਜਾ ਬਾਜੀ ਇੰਨੇ ਕਿ ਜਿੰਨਾ ਕਿ ਕਿਆ ਮਾਤਾ ਇਚ ਕੋ ਸ਼ੱਕ ਨਹੀਂ ਇਹ ਵੀ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਲੱਲੀਆਂ ਕਲਣਾ ਤੁਹਾਡਾ ਮੈਚ ਕਿਦਾਂ ਫਸਦਾ ਹੁੰਦਾ ਜੀ ਫਿਰ ਸਾਰੀ ਦਿਹਾੜੀ ਵੀਰਾ ਸਦਮਾ ਸਾਡੀ ਸਟੌਪ ਲਾਈਨ ਤੇ ਵੀ ਰੇਡਾਂ ਹੀ ਪਾਉਂਦਾ ਹੁੰਦਾ ਜੀ ਬਿਲਕੁਲ ਬਿਲਕੁਲ ਇਦਾਂ ਹੁੰਦਾ ਹੈ ਆਪਣਾ ਮੈਚ ਫਸ ਜਾਣਾ ਭਾਈ ਦੇਖ ਲਾ ਤੁਸੀਂ ਉਸੇ ਦਾ ਕੋਟਿਆ ਪਾ ਮੈਂ ਲੱਡੂ ਦੇ ਪਾਉਣੀਆ ਐਂਡ ਤੱਕ ਚੱਲੀ ਜਾਣਾ ਅੱਧੇ ਨੰਬਰ ਤੇ ਹਾਰੀਅਤ ਹੁੰਦੀ ਹੁੰਦੀ ਅੱਧੇ ਨੰਬਰ ਤੇ ਜਿੱਤਾਂ ਹੋ ਖਾਲਸ ਗਿਆ ਮੈਚ ਹੋਇਆ ਗਿਆ ਬਿਲਕੁਲ ਹਾਲੇ ਵੀ ਵੀਡੀਓ ਹੈਗੀ ਭਾਈ ਬਹੁਤ ਬਹੁਤ ਪਿਆਰਾ ਮੈਸੇਜ ਭਾਈ ਬਹੁਤ ਜ਼ਿਆਦਾ ਜ਼ਬਰਦਸਤ ਬਹੁਤ ਮੈਸ ਕਰਦੇ ਹੋ ਮੈਚ ਨੂੰ ਭਾਈ ਬਰੇ ਇਹ ਬਹੁਤ ਘੱਟ ਪਲੇਅਰਾਂ ਦੇ ਵਿੱਚ ਹੁੰਦਾ ਕਿ ਆਲ ਰੌਂਡਰ ਕੋਈ ਪਲੇਅਰ ਹੋਵੇ ਜਿਵੇਂ ਕਿ ਰੇਡਾਂ ਵੀ ਪਾ ਲੈਣੀ ਆ ਸਟਾਪ ਵੀ ਲਾ ਲੈਣੀ ਜਿਹੜੇ ਆਉਣ ਵਾਲੇ ਬੱਚੇ ਨੇ ਟ੍ਰਾਂਟੋ ਵੀ ਕਬੱਡੀ ਨੂੰ ਬੜਾ ਪਿਆਰ ਕਰਦੇ ਨੇ ਤੁਸੀਂ ਕਿਤੇ ਨਾ ਕਿਤੇ ਟ੍ਰੇਨਿੰਗ ਦਿੰਦੇ ਰਹਿੰਦੇ ਨੇ ਬੱਚੇ ਹੈਗੇ ਕੋਈ ਨਾ ਕੋਈ ਕੋਚ ਕਰਿਆ ਕਰੋ ਕਰਦੇ ਹੁੰਨੇ ਜਾਂ ਨਹੀਂ ਐਕਚੁਅਲੀ ਭਾਈ ਮੈਂ ਹੁਣ ਕਹਾਂਗਾ ਕਿ ਮੈਂ ਕਹਦਾ ਮੈਂ ਨਹੀਂ ਕਹਦਾ ਸਾਡਾ ਕਲੱਬ ਹੈਗਾ ਪਾਪਾ ਕਾਂ ਦਾ ਸਪੋਰਟਸ ਕਲੱਬ ਠੀਕ ਹੈ ਤੋਚੀ ਭਾਈ ਤੋਚੀ ਭਾਈ ਕਰ ਰਿਹਾ ਕੰਮ ਕਾਫੀ ਮੁੰਡਿਆਂ ਨਾਲ ਜੋੜਿਆ ਹੈ ਟੀਮ ਲਾਈਆਂ ਆਪਣੋ ਟੀਮ ਖੇਡਦੇ ਆ ਭਾਈ ਉਹ ਜਦੋਂ ਉਹਨਾਂ ਦੇ ਬੱਚੇ ਵੀ ਦੋ ਖੇਡ ਰਹੇ ਨੇ ਤੋੱਚੀ ਭਾਜੀ ਦੇ ਬੱਚੇ ਬਹੁਤ ਖੇਡਦੇ ਭਾਈ ਬਹੁਤ ਵਧੀਆ ਖੇਡਦੇ ਆ ਹੋਰ ਕੀ ਕਹਿਣਾ ਚਾਹੁੰਦੇ ਹਾਂ ਕਬੱਡੀ ਦੇ ਪ੍ਰੇਮੀਆਂ ਲਈ ਕਬੱਡੀ ਦੇ ਦਰਸ਼ਕਾਂ ਲਈ ਸਤਿ ਸ੍ਰੀ ਅਕਾਲ ਸਾਰੇ ਹਾਂ ਜੀ ਇੰਨਾ ਟਾਈਮ ਦਿੱਤਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਥੈਂਕ ਯੂ ਸੋ ਮਚ ਬੀਰਾਤ ਤੁਸੀਂ ਕਬੱਡੀ ਦੀ ਜਿੰਦਗਾਨ ਹੋ ਬੜੇ ਜ਼ਬਰਦਸਤ ਤੁਸੀਂ ਪਲੇਅਰ ਰਹੇ ਹੋ ਪਾਕਿਸਤਾਨ ਦੇ ਵੀ ਅਗੇਂਸਟ ਬੜੇ ਤਗੜੇ ਤਗੜੇ ਮੈਚ ਖੜੇ ਪਾਕਿਸਤਾਨ ਜਾ ਕੇ ਵੀ ਖੇਡੇ ਪਾਕਿਸਤਾਨ ਦੇ ਅਗੇਂ ਬਹੁਤ ਬਹੁਤ ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਭਾਈ ਬਹੁਤ ਬਹੁਤ ਥੈਂਕ ਯੂ ਸੋ ਮੱਚ ਇਹ ਸੇ